ਜਦ ਘਰ ਦਾ ਮੁੱਢੀ ਹੀ ਘਰ ਵਿੱਚੋਂ ਕਿਤੇ ਅਚਾਨਕ ਚਲਾ ਜਾਂਦਾ ਹੈ ਤਾਂ ਉਸ ਘਰ ਦੇ ਕੀ ਹਾਲਾਤ ਹੋਣਗੇ। ਅੱਜ ਅਸੀਂ ਆਪਣੇ ਦਰਸ਼ਕਾਂ ਨੂੰ ਗੁਰਦਾਸਪੁਰ ਦੇ ਇੱਕ ਐਸੇ ਪਰਿਵਾਰ ਨਾਲ ਹੀ ਮਿਲਾਉਣ ਜਾ ਰਹੇ ਹਾਂ ਜੋ ਅੱਜ ਤੋਂ 18 ਸਾਲ ਪਹਿਲਾਂ ਬਿਨਾਂ ਦੱਸੇ ਘਰੋਂ ਘਰ ਦਾ ਮੁੱਖ ਮੈਂਬਰ ਚਲਾ ਜਾਂਦਾ ਹੈ, ਪਰ ਪਰਿਵਾਰ ਅੱਜ ਵੀ ਉਸ ਦੀ ਉਡੀਕ ਵਿੱਚ ਰਾਹ ਦੇਖ ਰਿਹਾ ਹੈ ਅਤੇ ਵਾਹਿਗੁਰੂ ਉੱਤੇ ਪਰਿਵਾਰ ਨੂੰ ਭਰੋਸਾ ਹੈ ਕਿ ਉਹਨਾਂ ਦੇ ਘਰ ਦਾ ਮੁੱਢੀ ਜ਼ਰੂਰ ਘਰ ਵਾਪਿਸ ਆਵੇਗਾ। ਪੁੱਤਰ ਗੁਰਮੀਤ ਸਿੰਘ ਨੇ ਕਿਹਾ ਕਿ ਉਸ ਦੀ ਮਾਂ ਨੇ ਬਾਪ ਦੇ ਅਚਾਨਕ ਘਰ ਤੋਂ ਚਲੇ ਜਾਣ ਮਗਰੋਂ ਸਾਡੇ ਪਾਲਣ ਪੋਸ਼ਣ ਲਈ ਬਹੁਤ ਮਿਹਨਤ ਕੀਤੀ, ਇੱਥੋਂ ਤੱਕ ਕਿ ਲੋਕਾਂ ਦੇ ਘਰਾਂ ਵਿੱਚ ਬਰਤਨ ਤੱਕ ਸਾਫ਼ ਕੀਤੇ। ਅਸੀਂ ਆਪਣੀ ਮਾਂ ਦਾ ਦੇਣ ਕਦੇ ਨਹੀਂ ਦੇ ਸਕਦੇ। ਉਸ ਨੇ ਕਿਹਾ, ਬਾਪ ਦੇ ਵਿਛੋੜੇ ਨੇ ਮੈਨੂੰ ਇੱਕ ਚੰਗਾ ਲਿਖਾਰੀ ਬਣਾ ਦਿੱਤਾ। ਅਨੇਕ ਗਾਣੇ ਮੇਰੇ ਵੱਲੋਂ ਲਿਖੇ ਗਏ ਪਰ ਅਫਸੋਸ ਅਜੇ ਤੱਕ ਕਿਸੇ ਵੱਲੋਂ ਗਾਏ ਨਹੀਂ ਗਏ। ਜਿਸ ਦਿਨ ਇਹਨਾਂ ਗਾਣਿਆਂ ਨੂੰ ਕੋਈ ਗਾਵੇਗਾ ਉਸ ਦਿਨ ਅਸਲ ਵਿੱਚ ਮੇਰੀ ਮਿਹਨਤ ਦਾ ਮੁੱਲ ਮੁੜੇਗਾ। ਪਤਨੀ ਸਰਬਜੀਤ ਕੌਰ ਨੇ ਦੱਸਿਆ ਕਿ ਉਸਨੇ ਛੋਟੇ ਛੋਟੇ ਬਿਨ ਬਾਪ ਦੇ ਬੱਚਿਆਂ ਨੂੰ ਬਹੁਤ ਔਖਾ ਪਾਲਿਆ ਹੈ ਅਤੇ ਹੁਣ ਉਹਨਾਂ ਦੇ ਵੀ ਬੱਚੇ ਹੋ ਗਏ ਹਨ, ਪਰ ਵਾਹਿਗੁਰੂ ਉੱਤੇ ਮੈਨੂੰ ਪੂਰਾ ਯਕੀਨ ਹੈ ਮੇਰਾ ਘਰ ਵਾਲਾ ਜੋ 18 ਸਾਲ ਪਹਿਲਾਂ ਘਰ ਤੋਂ ਕੰਮ ਉੱਤੇ ਗਿਆ ਸੀ ਵਾਪਿਸ ਨਹੀਂ ਆਇਆ, ਉਹ ਜ਼ਰੂਰ ਵਾਪਿਸ ਆਵੇਗਾ। ਸਰ 2004 ਸਾਲ ਦੇ ਵਿੱਚ ਡੈਡੀ ਚਲੇ ਜਾਂਦੇ ਆ ਅਤੇ ਉਸ ਤੋਂ ਬਾਅਦ ਸਾਡੇ ਉੱਤੇ ਜਿੱਦਾਂ ਗਰੀਬੀ ਦਾ ਇੱਕ ਭਾਰ ਟੁੱਟ ਪੈਂਦਾ ਵਾ। ਮੰਮੀ ਕੰਮ ਕਰਨ ਡਹਿ ਪੈਂਦੇ ਆ, ਨਾਲ ਮੈਨੂੰ ਵੀ ਪੜ੍ਹਾਈ ਦੇ ਨਾਲ ਨਾਲ ਘਰੋਂ ਸਕੂਲੋਂ ਆ ਕੇ ਮੈਨੂੰ ਵੀ ਕੰਮ ਕਰਨਾ ਪੈਂਦਾ ਵਾ। ਇਸੇ ਤਰ੍ਹਾਂ ਹੀ ਚਲੋ ਇਹ ਕਰਦੇ ਕਰਦੇ ਮੰਮਾ ਨੇ ਸਾਨੂੰ ਪਲੱਸ ਟੂ ਕਰਾ ਲਈ ਤਿੰਨਾਂ ਭੈਣ ਭਰਾਵਾਂ ਨੂੰ, ਅਤੇ ਉਸ ਤੋਂ ਬਾਅਦ ਸਰ ਮੈਂ ਕਾਲਜ ਪੜ੍ਹਿਆ ਵਾਂ ਅਤੇ ਕਾਲਜ ਦੇ ਵਿੱਚ ਮਤਲਬ ਉਸ ਤੋਂ ਬਾਅਦ ਥੋੜ੍ਹਾ ਮੈਨੂੰ ਕਾਲਜ ਪੜ੍ਹਨ ਤੋਂ ਬਾਅਦ ਮੈਨੂੰ ਲਿਖਣ ਦਾ ਸ਼ੌਕ ਪੈ ਗਿਆ ਵਾ। ਕਾਲਜ ਲਾਈਫ ਬਤੀਤ ਕਰਨ ਤੋਂ ਬਾਅਦ ਅਤੇ ਮੈਂ ਲਿਖਾਰੀ ਬਣ ਗਿਆ ਵਾਂ। ਵਧੀ ਚੰਗੇ ਚੰਗੇ ਗੀਤ ਲਿਖੇ, ਸਭ ਤੋਂ ਪਹਿਲਾ ਗੀਤ ਮੈਂ ਆਪਣੇ ਡੈਡੀ ਦੇ ਮਤਲਬ ਉਡੀਕ ਦੇ ਵਿੱਚ ਲਿਖਿਆ ਵਾ, ਅਤੇ ਬੜੀ ਮੁਸ਼ਕਲ ਨਾਲ ਸਾਡੇ ਮੰਮਾ ਨੇ ਜੋ ਸਾਨੂੰ ਮਤਲਬ ਇੱਥੋਂ ਤੱਕ ਪਹੁੰਚਾਇਆ ਵਾ ਉਹ ਸਾਰੀਆਂ ਗੱਲਾਂ ਮੈਂ ਉਸ ਗੀਤ ਦੇ ਵਿੱਚ ਬਿਆਨ ਕੀਤੀਆਂ ਵਾ। ਹਾਂਜੀ ਸਰ, ਹਾਂਜੀ। ਕੀ ਪਤਾ ਤੈਨੂੰ ਕੀ ਹੋਇਆ ਜਦੋਂ ਛੱਡ ਕੇ ਤੁਰ ਗਿਆ, ਤੂੰ ਕੀ ਜਾਣੇ ਤੇਰੇ ਪਿੱਛੋਂ ਹੁਣ ਟੱਬਰ ਰੁੜ ਗਿਆ। ਫੀਸਾਂ ਹੋਈਆਂ ਜਮਾਂ ਸਕੂਲੇ ਗਿਆ, ਸਕੂਲ ਸੀ ਛੁੱਟ, ਦਿਲ ਦੀ ਕੀ ਦੱਸਾਂ ਗਿਆ ਮੈਂ ਅੰਦਰੋਂ ਅੰਦਰੀ ਟੁੱਟ। ਮਹਾਂ ਮੇਰੀ ਦਾ ਵੱਡਾ ਜਿਗਰਾ, ਮਹਾਂ ਮੇਰੀ ਦਾ ਵੱਡਾ ਜਿਗਰਾ, ਕਰ ਮਿਹਨਤਾਂ ਨਾਲ ਪੜ੍ਹਾਇਆ। ਰੱਬ ਵਰਗੇ ਤਾਂ ਇਹ ਚਾਚੇ ਨੇ ਵੀ ਜੀਵਨ ਲੇਖੇ ਲਾਇਆ। ਆਹਾਂ ਜਾ ਬਾਪੂ ਛੱਡ ਨਾ ਜਾਈਏ ਹੱਸ ਜਿਉਣੇ ਦੀ, ਅੱਜ ਵੀ ਬਾਪੂ ਕਰਦਾ ਹਾਂ ਉਡੀਕ ਮੈਂ ਤੇਰੇ ਹੋਣੇ ਦੀ, ਅੱਜ ਵੀ ਬਾਪੂ ਕਰਦਾ ਹਾਂ ਉਡੀਕ ਮੈਂ ਤੇਰੇ ਹੋਣੇ ਦੀ। ਸਰ ਮੈਂ 70-80 ਗਾਣੇ ਲਿਖਤੇ ਜੀ ਹੁਣ ਤੱਕ। ਨਹੀਂ ਸਰ, ਅਜੇ ਤੱਕ ਮੇਰੀ ਪਹੁੰਚ ਨਹੀਂ ਬਣੀ ਮੈਂ ਕਿਸੇ ਤੱਕ ਪਹੁੰਚ ਸਕਾਂ। ਹਾਂਜੀ ਜੀ ਸਰ, ਮੇਰੇ ਫਾਦਰ ਸਾਹਿਬ ਬੈਠੇ ਹੁੰਦੇ ਅਤੇ ਮੈਨੂੰ ਸ਼ਾਇਦ ਜ਼ਰੂਰ ਕਿਸੇ ਨਾ ਕਿਸੇ ਮੁਕਾਮ 'ਤੇ ਪਹੁੰਚਾਉਂਦੇ, ਮੈਨੂੰ ਚੰਗੀ ਪੜ੍ਹਾਈ ਕਰਾਉਂਦੇ ਅਤੇ ਮੈਨੂੰ ਹੋ ਸਕਦਾ ਕਿਤੇ ਨਾ ਕਿਤੇ ਸੈਟਿੰਗ ਮੇਰੀ ਜ਼ਰੂਰ ਕਰਦੇ। ਹਾਂਜੀ, ਸੋ ਕਿੰਨੀ ਕੁ ਭਾਲ ਹੈ, ਕਿੰਨਾ ਕੁ ਭਰੋਸਾ ਪਰਮਾਤਮਾ? ਪਰਮਾਤਮਾ ਦੇ ਸਰ ਬਹੁਤ ਆਸ ਹੈ, ਵਾਹਿਗੁਰੂ ਅੱਗੇ ਰੋਜ਼ ਅਰਦਾਸ ਕਰਦੇ ਵੀ ਕਿਤੇ ਸਾਡੇ ਪਿਤਾ ਜੀ ਨੂੰ ਮਤਲਬ ਡੈਡੀ ਜੀ ਨੂੰ ਘਰ ਮੋੜਨ, ਅਸੀਂ ਉਹਨਾਂ ਦਾ ਮੁੱਖ ਵੇਖੀਏ। ਹਾਂਜੀ ਸਰ, ਯਕੀਨ ਹੈ, ਆਸ ਆ, ਬਹੁਤ ਆਸ ਜੀ ਸਾਨੂੰ। ਭਾਅ ਜੀ ਗਿਆ ਅਤੇ ਕੰਮ 'ਤੇ ਸੀਗੇ, ਘਰੋਂ ਕੰਮ 'ਤੇ ਗਏ ਅਤੇ ਮੁੜ ਕੇ ਵਾਪਸ ਹੀ ਨਹੀਂ ਪਰਤੇ। ਭਾਲ ਅਸੀਂ ਆਪਣੇ ਰਿਸ਼ਤੇਦਾਰਾਂ ਕੋਲ ਵੀ ਕੀਤੀ ਆ, ਪੁਲਿਸ ਰਿਪੋਰਟ ਵੀ ਦਿੱਤੀ ਹੋਈ ਜੇ, ਪਰ ਅਜੇ ਤੀਕ ਉਹਨਾਂ ਦਾ ਕੋਈ ਪਤਾ ਨਹੀਂ ਜੇ, ਅਜੇ ਤੀਕ ਕਿਤੇ ਪਤਾ ਨਹੀਂ ਲੱਗਾ। ਮੇਰੇ ਬੱਚੇ ਇਹੋ ਚਾਹੁੰਦੇ ਨੇ ਕਿ ਉਹਨਾਂ ਦੇ ਫਾਦਰ ਸਾਹਿਬ ਘਰ ਆ ਜਾਣ, ਉਹਨਾਂ ਦੀ ਸਪੋਰਟ ਹੋ ਜਾਵੇ, ਉਹਨਾਂ ਦੀ ਸਪੋਰਟ ਵਿੱਚ ਜਿਹੜਾ ਕੰਮ ਹੋ ਜਾਣਾ ਉਹ ਬਹੁਤ ਵਧੀਆ ਵਾ। ਮੈਂ ਵੀ ਚਾਹੁੰਦੀ ਹਾਂ ਕਿ ਮੇਰਾ ਸਿਰ ਦਾ ਸਾਈਂ ਆ ਜਿੱਥੇ ਵੀ ਹੈਗਾ ਵਾ, ਅਜੇ ਤੀਕ ਘਰ ਪਰਤਾ ਵੇ। ਕਿੰਨਾ ਕੁ ਸਮਾਂ, ਕਿੰਨਾ ਕੁ ਕੰਮ ਕਰਨਾ ਪਿਆ, ਕਿੰਨਾ ਕੁ ਸੰਘਰਸ਼ ਕਰਨਾ ਪਿਆ? ਸੰਘਰਸ਼ ਤਾਂ ਭਾਅ ਜੀ ਬਹੁਤ ਜ਼ਿਆਦਾ ਕਰਨਾ ਪਿਆ ਵਾ ਮੈਨੂੰ, ਕਿ ਮੈਂ ਜੋ ਗਿਆ ਸੀਗਾ ਉਹਦੇ ਤੋਂ ਬਾਅਦ ਮੈਨੂੰ ਕੰਮ ਕਾਰ ਕਰਨਾ ਪਿਆ। ਕੰਮ ਕਾਰ ਵੀ ਤੁਹਾਨੂੰ ਪਤਾ, ਜਨਾਨੀਆਂ ਤਾਂ ਦਿਹਾੜੀ ਲਗਾ ਨਹੀਂ ਸਕਦੀਆਂ, ਅਤੇ ਘਰਾਂ ਦੇ ਕੰਮ ਕਾਰ ਕਰਕੇ ਮੈਂ ਆਪਣੇ ਬੱਚਿਆਂ ਨੂੰ ਇੱਥੋਂ ਤੀਕ ਪਹੁੰਚਾਇਆ ਵਾ। ਮੈਂ ਚਾਹੁੰਦੀ ਹਾਂ ਕਿ ਚਲੋ ਮੇਰੀ ਵੱਧ ਤੋਂ ਵੱਧ ਸਪੋਰਟ ਹੋਵੇ, ਮੇਰੇ ਬੱਚੇ ਦੀ ਸਪੋਰਟ ਹੋਵੇ, ਮੇਰਾ ਬੱਚਾ ਕਿਸੇ ਮੁਕਾਮ 'ਤੇ ਪਹੁੰਚ ਸਕੇ। ਮੈਂ ਬਸ ਇਹੋ ਦਰਸ਼ਕਾਂ ਨੂੰ ਕਹਿਣਾ ਚਾਹੁੰਦੀ ਹਾਂ। ਸੋ ਬੱਚੇ ਦਾ ਜਦੋਂ ਬਾਪ ਚਲਾ ਜਾਂਦਾ ਵਾ, ਜਦੋਂ ਸਿਰ ਤੋਂ ਸਾਈਂ ਚਲਾ ਜਾਂਦਾ, ਉਸ ਟਾਈਮ ਪਰਿਵਾਰ ਵੀ ਕਿਤੇ ਨਾ ਕਿਤੇ ਰੁਕ ਜਾਂਦਾ ਵਾ, ਘਰ ਦੇ ਕਿੱਦਾਂ ਦੇ ਹਾਲਾਤ? ਘਰ ਦੇ ਹਾਲਾਤ ਭਾਅ ਜੀ ਜਿੱਥੇ ਰੁਕੇ ਨੇ ਉੱਥੇ ਹੀ ਰੁਕ ਗਏ ਨੇ, ਜਿਹੜੀ ਇੱਟ ਉਹ ਲਾ ਗਏ ਨੇ ਉਹ ਹੀ ਇੱਟ ਲੱਗੀ ਹੋਈ ਆ। ਮੇਰੇ ਬੱਚੇ ਇੰਨੇ ਜੋਗੇ ਨਹੀਂ ਸੀਗੇ ਅਤੇ ਨਾ ਹੀ ਮੈਂ ਹੀ ਇੰਨੇ ਜੋਗੀ ਸੀਗੀ ਕਿ ਮੈਂ ਆਪਣੇ ਬੱਚਿਆਂ ਨੂੰ ਕੁਛ ਬਣਾ ਕੇ ਦੇ ਸਕਾਂ। ਮੈਂ ਇੱਥੋਂ ਤੀਕ ਪਹੁੰਚਾਇਆ
ਭਾਲ ਭਾਜੀ ਬਥੇਰੀ ਕੀਤੀ ਜੇ ਬੱਚਿਆਂ ਨੇ ਜਿੱਥੋਂ ਤੀਕਾਂ ਪਹੁੰਚ ਸਕੇ ਪਹੁੰਚੇ ਗਏ ਬਾਕੀ ਤੁਹਾਨੂੰ ਪਤਾ ਹੈ ਪੈਸੇ ਨਹੀਂ ਸੀ ਇੰਨੇ ਹੈਗੇ ਕਿ ਕਿਸੇ ਦੂਰ ਤੀਕਾਂ ਪਹੁੰਚ ਸਕ ਪਹੁੰਚ ਕੇ ਉਹਨਾਂ ਦੀ ਭਾਲ ਕੀਤੀ ਜਾਵੇ ਮੈਂ ਤਾਂ ਜਿੱਥੋਂ ਤੀਕਾਂ ਰਿਸ਼ਤੇਦਾਰਾਂ ਤੀਕਾਂ ਹੀ ਸੀਗੀ ਸੀ ਮਤਲਬ ਉੱਥੋਂ ਤੀਕਾਂ ਹੀ ਮੈਂ ਪਹੁੰਚ ਕੇ ਪਤਾ ਕੀਤਾ ਵਾ ਉੱਥੇ ਤਾਂ ਕਿਤੇ ਗਏ ਨਹੀਂ ਆ ਫਿਰ ਪੁਲਿਸ ਥਾਣੇ ਰਿਪੋਰਟ ਦਿੱਤੀ ਆ ਉਸ ਤੋਂ ਬਾਅਦ ਬਸ ਮੈਂ ਨਹੀਂ ਜਾ ਸਕੀ ਕਿਤੇ ਵੀ ਰਿਪੋਰਟ ਦਿਵਿਆ ਪੰਜਾਬ ਟੀਵੀ ਗੁਰਦਾਸਪੁਰ